ये उन्हां दी घरे नूं लड़ाई आ, वह ढींसा साहब जाणन ते सुखबीर जी जाणन। ठीक है, उन्हां नूं पंजाब च ही नज़र आ रहा, उन्हां नूं दूजियां स्टेटां जिहड़े रेप हो रहे ने उहनूं नज़र नहीं आ रहे हरसिमरत जी नूं। इदों चंगी लाड आर्डर कितें होर छ नहीं पंजाब च, कोई गैंगस्टर खत्म हो गए। सजा देना कचहरी का काम है, असी तो कसूरवार को पेश करता कोर्ट च। उन्होंने घरेलू लड़ाई है, वो ढींसा साहब जाणन ते सुखबीर जी जाणन। हाँ जी, ठीक है, उन्होंने पंजाब च ही नज़र आ रहा, उन्होंने दूजियां स्टेटां जिहड़े रेप हो रहे ने उहनूं नज़र नहीं आ रहे हरसिमरत जी नूं। इदों चंगी लाड आर्डर कितें होर छ नहीं पंजाब च, कोई गैंगस्टर खत्म हो गए, सारा कुछ बहुत वधिया चल रहा। ਆਪੋਜੀਸ਼ਨ ਤੇ ਇਹੋ ਜਿਹੀਆਂ ਗੱਲਾਂ ਕਰਨੀਆਂ ਹੁੰਦੀਆਂ ਹੀ ਨੇ। ਸੁਪਰੀਮ ਕੋਰਟ ਨੇ ਸਟੇ ਦਿੱਤੀ ਹੈ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਇਹ ਸੁਪਰੀਮ ਕੋਰਟ ਦਾ ਸਟੇ ਅਗੇ ਮੈਂ ਕੀ ਬੋਲਣਾ, ਉਹਨਾਂ ਜੋ ਕੀਤਾ ਠੀਕ ਕੀਤਾ। ਕਰ ਉਹਨਾਂ ਨੂੰ ਮਾਫੀ ਮਿਲਣੀ ਚਾਹੀਦੀ ਹੈ। ਸਰਕਾਰੀ ਕਾਰਵਾਈ ਉੱਥੇ ਸਿੱਖ ਦਾ ਉੱਥੇ ਸਿੱਖ ਦੇ ਬੰਦੇ ਧਰਨਾ ਦਿੱਤਾ ਜੋ ਉੱਥੇ ਬਾਹਰ। ਹਾਂਜੀ, ਉਸੇ ਸਵਾਸ਼ਲ ਦਿੱਤਾ ਸੀ ਕਿ ਮਤਲਬ ਕਿ ਆਪਾਂ ਉਹਨੂੰ ਸਜ਼ਾ ਦਵਾਵਾਂਗੇ। ਉਹਦੇ ਬਾਰੇ ਕੀ ਕਰਾਂਗੇ? ਸਜ਼ਾ ਦੇਣਾ ਕਚਹਿਰੀ ਦਾ ਕੰਮ ਹੈ, ਅਸੀਂ ਤਾਂ ਕਸੂਰਵਾਰ ਨੂੰ ਪੇਸ਼ ਕਰਤਾ ਕੋਰਟ 'ਚ, ਸਜ਼ਾ ਦੇਣੀ ਹੈ ਉਹ ਕਚਹਿਰੀ ਦਾ ਕੰਮ ਆ। ਅਤੇ ਵਧੀਆ ਹਰ ਪਿੰਡ ਨੂੰ ਅਸੀਂ ਸੁੰਦਰ ਗ੍ਰਾਮ ਬਣਾਉਣਾ ਚਾਹੁੰਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਪਿੰਡਾਂ 'ਚੋਂ ਮਾਈਗ੍ਰੇਸ਼ਨ ਜਿਹੜੀ ਸ਼ਹਿਰਾਂ ਨੂੰ ਬੰਦ ਹੋਵੇ, ਪਿੰਡਾਂ 'ਚ ਹਰ ਤਰ੍ਹਾਂ ਦੀ ਸਹੂਲਤ ਹੋਵੇ, ਸਗੋਂ ਸ਼ਹਿਰਾਂ 'ਚ ਉੱਠ ਕੇ ਲੋਕ ਪਿੰਡਾਂ ਨਾਲ ਜਾਣਾ ਪ੍ਰੈਫਰ ਕਰਨ। ਹਜੇ ਉਹ ਵਿੱਚੇ ਚੱਲ ਰਹੀ ਹੈ ਗੱਲ, ਉਹ ਹਜੇ ਪੂਰੀ ਤਰ੍ਹਾਂ ਲਾਗੂ ਨਹੀਂ ਹੋਇਆ, ਲੱਗੇ ਹੋਏ ਆ।